ਜੇਕਰ ਤੁਸੀਂ ਵੀ ਰਿਟਾਇਰਮੈਂਟ ਤੋਂ ਬਾਅਦ ਹਰ ਮਹੀਨੇ ਪੈਨਸ਼ਨ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਲਈ ਅੱਜ ਨਹੀਂ ਸਗੋਂ ਹੁਣ ਤੋਂ ਹੀ ਨਿਵੇਸ਼ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਪੈਨਸ਼ਨ ਪ੍ਰਾਪਤ ਕਰਨਾ ਜਾਰੀ ਰੱਖਦੇ ਹੋ ਤਾਂ ਸੇਵਾ ਮੁਕਤੀ ਤੋਂ ਬਾਅਦ ਤੁਹਾਡੀ ਜੀਵਨ ਸ਼ੈਲੀ ਨੂੰ ਬਦਲਣ ਦੀ ਕੋਈ ਵੀ ਲੋੜ ਨਹੀਂ ਹੋਵੇਗੀ। ਅੱਜ 22 ਅਕਤੂਬਰ ਨੂੰ ਭਾਰਤ ਵਿੱਚ ਹਰ ਸਾਲ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਯਾਨੀ ਕਿ NPS ਦਿਵਸ ਵਜੋਂ ਮਨਾਇਆ ਜਾਂਦਾ ਹੈ, ਜੋ ਨਾਗਰਿਕਾਂ ਦੇ ਵਿੱਚ ਪੈਨਸ਼ਨ ਅਤੇ ਰਿਟਾਇਰਮੈਂਟ ਯੋਜਨਾ ਨੂੰ ਉਤਸ਼ਾਹਿਤ ਕਰਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਤੁਸੀਂ NPS ਰਾਹੀਂ ਹਰ ਮਹੀਨੇ 50,000 ਰੁਪਏ ਦੀ ਪੈਨਸ਼ਨ ਕਿਵੇਂ ਪ੍ਰਾਪਤ ਕਰ ਸਕਦੇ ਹੋ। ਪਰ ਇਸ ਤੋਂ ਪਹਿਲਾਂ ਆਓ ਸਮਝਾਈਏ ਕਿ NPS ਆਖਿਰ ਹੁੰਦਾ ਕੀ ਹੈ। NPS ਕੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹਾਂ। NPS ਇੱਕ ਸਰਕਾਰ ਵੱਲੋਂ ਸੰਚਾਲਿਤ ਨਿਵੇਸ਼ ਯੋਜਨਾ ਹੈ ਜੋ ਤੁਹਾਡੇ ਵਿੱਤੀ ਭਵਿੱਖ ਨੂੰ ਸੁਰੱਖਿਅਤ ਕਰਨ ਦਾ ਇੱਕ ਚੰਗਾ ਮੌਕਾ ਪ੍ਰਦਾਨ ਕਰਦੀ ਹੈ। NPS ਗਾਹਕਾਂ ਨੂੰ ਵੱਖ ਵੱਖ ਸੰਪੱਤੀ ਸ਼੍ਰੇਣੀਆਂ ਦੇ ਵਿੱਚ ਆਪਣੇ ਨਿਵੇਸ਼ਾਂ ਦੀ ਵੰਡ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। NPS ਦੋ ਕਿਸਮ ਦੇ ਖਾਤੇ ਹੁੰਦੇ ਨੇ, Tier 1 ਅਤੇ Tier 2। Tier 1 ਪੂਰੀ ਤਰ੍ਹਾਂ ਇੱਕ ਪੈਨਸ਼ਨ ਖਾਤਾ ਹੈ। Tier 2 ਇੱਕ ਸਵੈ ਇੱਛਤ ਬੱਚਤ ਖਾਤਾ ਹੈ ਜੋ ਪੈਨਸ਼ਨ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੇ ਨਾਲ ਜੁੜਿਆ ਹੋਇਆ। ਇਨਕਮ ਟੈਕਸ ਭਾਵ ਕਿ ਇਹਦੇ ਵਿੱਚ ਲਾਭ ਵੀ ਉਪਲਬਧ ਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ Tier 1 NPS ਖਾਤੇ ਵਿੱਚ ਨਿਵੇਸ਼ ਕਰਨ ਦੇ ਨਾਲ ਤੁਹਾਨੂੰ ਇਨਕਮ ਟੈਕਸ ਲਾਭ ਵੀ ਮਿਲਦਾ ਹੈ। ਇਨਕਮ ਟੈਕਸ ਐਕਟ ਦੀ ਜਿਹੜੀ ਧਾਰਾ 80C ਦੇ ਤਹਿਤ NPS ਗਾਹਕ ਆਪਣੀ ਕੁੱਲ ਆਮਦਨ ਦੇ 10% ਤੱਕ ਟੈਕਸ ਕਟੌਤੀ ਦਾ ਦਾਅਵਾ ਕਰ ਸਕਦੇ ਨੇ। 1.5 ਲੱਖ ਰੁਪਏ ਦੀ ਸਮੇਂ ਸੀਮਾ ਦੇ ਅਧੀਨ ਹੈ। ਇਸ ਤੋਂ ਇਲਾਵਾ ਸੈਕਸ਼ਨ 80CCD(1B) ਦੇ ਤਹਿਤ NPS ਗਾਹਕਾਂ ਲਈ 50,000 ਰੁਪਏ ਦੀ ਵਾਧੂ ਕਟੌਤੀ ਵੀ ਉਪਲਬਧ ਹੈ। ਹਰ ਮਹੀਨੇ 50,000 ਰੁਪਏ ਦੀ ਪੈਨਸ਼ਨ ਤੁਹਾਨੂੰ ਕਿਵੇਂ ਮਿਲੇਗੀ? ਦੱਸ ਦੇ ਕਿ ਮਾਹਰ ਤੁਹਾਡੀਆਂ ਜਿਹੜੀਆਂ ਬੱਚਤਾਂ ਨੂੰ ਛੋਟੀ ਤੋਂ ਦਰਮਿਆਨੀ ਮਿਆਦ ਦੇ ਟੀਚਿਆਂ ਅਤੇ ਲੰਬੇ ਸਮੇਂ ਦੇ ਰਿਟਾਇਰਮੈਂਟ ਯੋਜਨਾਵਾਂ ਦੇ ਵਿੱਚ ਵੰਡ ਕੇ ਸ਼ੁਰੂਆਤ ਕਰਨ ਦੀ ਸਿਫਾਰਿਸ਼ ਕਰਦੇ ਨੇ। NPS ਦੇ ਵੱਲੋਂ ਲੋੜੀਂਦੀ ਰਿਟਾਇਰਮੈਂਟ ਆਮਦਨ ਨੂੰ ਸੁਰੱਖਿਅਤ ਕਰਨ ਲਈ ਤੁਹਾਨੂੰ ਚੰਗੀ ਯੋਜਨਾਬੰਦੀ ਕਰਨ ਦੀ ਜ਼ਰੂਰਤ ਹੈ। ਅਪਡੇਟ ਲੈ ਕੇ ਰੂਬਰੂ ਹੋਵਾਂਗੇ। ਵੇਖਦੇ ਰਹੋ ਲੁਧਿਆਣਾ ਲਾਈਵ।